ਸੋ ਜੀ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਔਰ ਉਹਦੇ ਨਾਲ ਨਾਲ ਮਾਹੌਲ ਭਖਦਾ ਜਾ ਰਿਹਾ ਹੈ ਮੋਸਟਲੀ ਜਿਹੜੀਆਂ ਪਾਰਟੀਆਂ ਨੇ ਕਈਆਂ ਨੇ ਆਪਣੇ ਕੈਂਡੀਡੇਟ ਖੜ੍ਹੇ ਕਰ ਦਿੱਤੇ ਆ ਐਲਾਨ ਕਰ ਦਿੱਤੇ ਆ ਬਹੁਤ ਸਾਰੀਆਂ ਪਾਰਟੀਆਂ ਹਜੇ ਸੋਚ ਵਿਚਾਰ ਵੀ ਕਰ ਰਹੀਆਂ ਐਸੇ ਸਮੇਂ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਕਿ ਕਈ ਕੋਨੇ ਦੇ ਮੁਕਾਬਲੇ ਪਹਿਲਾਂ ਕਹਿੰਦੇ ਸੀ ਜੀ ਦੁਵੱਲਾ ਫਿਰ ਤਿਕੋਨਾ ਫਿਰ ਚਕੋਨਾ ਹੁਣ ਪਤਾ ਨਹੀਂ ਜੀ ਕਿੰਨੇ ਕੁ ਤਰ੍ਹਾਂ ਦੇ ਕੈਂਡੀਡੇਟ ਜਿਹੜੇ ਮਾਰਕੀਟ 'ਚ ਮੈਦਾਨ 'ਚ ਉਤਰ ਰਹੇ ਹੈ ਔਰ ਨਿੱਤ ਨਵੀਆਂ ਤਰ੍ਹਾਂ ਦੀਆਂ ਗੱਲਾਂ ਪੰਜਾਬ ਦੀ ਰਾਜਨੀਤੀ 'ਚ ਸੁਣਨ ਨੂੰ ਮਿਲ ਰਹੀਆਂ ਪਰੰਤੂ ਇਹ ਸਾਰੇ ਪ੍ਰਕਰਨ ਦੇ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਵੱਡੀ ਚਰਚਾ ਦੇ ਵਿੱਚ ਹੈ ਇਸ ਵਾਰ ਉਹ ਇਹ ਹੈ ਕਿ ਸੰਯੁਕਤ ਸਮਾਜ ਮੋਰਚਾ ਸੰਯੁਕਤ ਕਿਸਾਨ ਮੋਰਚੇ ਨੇ ਪਹਿਲੀ ਵਾਰ ਇਹ ਫੈਸਲਾ ਕੀਤਾ ਹੈ ਕਿ ਉਹ ਰਾਜਨੀਤੀ ਵਿੱਚ ਵੀ ਆਉਣਗੇ ਅਸੀਂ ਰਾਜਵਾਲ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਵੇਲੇ ਵੀ ਮੇਰੀ ਹੋ ਸਕਦਾ ਅੱਜ ਗੱਲ ਉਹਨਾਂ ਨਾਲ ਹੋ ਜਾਏ ਉਹ ਆਪ ਵੀ ਉਮੀਦਵਾਰ ਬਣ ਗਏ ਆ ਜੀ ਸਮਰਾਲਾ ਤੋਂ ਅਤੇ ਇੱਕ ਲਿਸਟ ਜਾਰੀ ਕਰ ਦਿੱਤੀ ਹੈ ਸੰਯੁਕਤ ਸਮਾਜ ਮੋਰਚੇ ਨੇ ਅੱਜ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਹੈ ਔਰ ਜਦੋਂ ਹੀ ਇਹ ਬ੍ਰੇਕਿੰਗ ਨਿਊਜ਼ ਆਈ ਸੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੱਤੀ ਸੀ ਚੰਡੀਗੜ੍ਹ ਦੇ ਦਫ਼ਤਰ ਤੋਂ ਉਸੇ ਵੇਲੇ ਤੁਹਾਨੂੰ ਜਾਣਕਾਰੀ ਭੇਜ ਦਿੱਤੀ ਸੀ ਸਾਰੀ ਤਾਂ ਮੇਰੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਨਵਦੀਪ ਸੰਘਾ ਹੋਰੀ ਨੇ ਮੋਗੇ ਤੋਂ ਮੋਗੇ ਦੀ ਪਰਸੋਂ ਅਸੀਂ ਗੱਲ ਕੀਤੀ ਸੀ ਜਦੋਂ ਸੋਨੂ ਸੂਦ ਹੋਰਾਂ ਦੀ ਸਿਸਟਰ ਮਾਲਵਿਕਾ ਸੂਦ ਨੂੰ ਕਾਂਗਰਸ ਪਾਰਟੀ ਨੇ ਹਜੇ ਓਫੀਸ਼ੀਅਲੀ ਤਾਂ ਉਮੀਦਵਾਰ ਨਹੀਂ ਬਣਾਇਆ ਲੇਕਿਨ ਨਵਜੋਤ ਸਿੱਧੂ ਉੱਥੇ ਪਹੁੰਚੇ ਅਤੇ ਨਾਲ ਦੀ ਨਾਲ ਹੀ ਚਰਨਜੀਤ ਚੰਨੀ ਮੁੱਖ ਮੰਤਰੀ ਪੰਜਾਬ ਉੱਥੇ ਪਹੁੰਚੇ ਸੋ ਬੜੀ ਜਲਦੀ ਕੋਈ ਨਾ ਕੋਈ ਤੁਹਾਨੂੰ ਅਸੀਂ ਗੱਲਬਾਤ ਉਹਨਾਂ ਨਾਲ ਵੀ ਕਰਨੀ ਹੈ ਅਸੀਂ ਸਾਰੇ ਪੱਖਾਂ ਨਾਲ ਬਰਾਬਰ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਇੱਕ ਪਾਰਟੀ ਦੇ ਲੀਡਰ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪੰਜਾਬ ਦੀ ਰਾਜਨੀਤੀ ਨੂੰ ਦਿਲਚਸਪੀ ਕਾਫੀ ਹੈ ਇਸ ਕਰਕੇ ਮੇਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਿੱਥੇ ਅਸੀਂ ਕੈਨੇਡਾ ਦੀਆਂ ਬਹੁਤ ਸਾਰੀਆਂ ਖਬਰਾਂ ਸੁਣਾਉਂਦੇ ਹਾਂ ਉੱਥੇ ਤੁਹਾਨੂੰ ਹੁਣ ਜਦ ਤੱਕ ਇਲੈਕਸ਼ਨ ਚੱਲ ਰਹੇ ਆ ਸਾਡੀ ਚੰਡੀਗੜ੍ਹ ਦੀ ਟੀਮ ਸਾਡਾ ਸਟੂਡੀਓ ਉੱਥੇ ਪੂਰਾ ਬਣਿਆ ਹੋਇਆ ਬੜੇ ਬੜੇ ਸੀਨੀਅਰ ਪੱਤਰਕਾਰ ਕੈਨੇਡਾ 'ਚ ਇਸ ਵੇਲੇ ਜਿਹੜੇ ਆਏ ਹੋਏ ਆ ਉਹ ਵੀ ਸਾਡੇ ਮਹਿਮਾਨ ਇੱਥੇ ਹੋਇਆ ਕਰਨਗੇ ਸਟੂਡੀਓ ਦੇ ਵਿੱਚ ਤੁਹਾਨੂੰ ਅਸੀਂ ਪੂਰੀ ਐਵਰੀ ਡੇ ਪੰਜਾਬ ਦੇ ਇਲੈਕਸ਼ਨ ਦੀ ਵੀ ਜਾਣਕਾਰੀ ਨਾਲ ਨਾਲ ਦੇਵਾਂਗੇ ਤੋ ਇੱਕ ਸਮਾਂ ਸੀ ਪਿਛਲਾ ਸਮਾਂ ਜਦੋਂ ਆਮ ਆਦਮੀ ਪਾਰਟੀ ਨੂੰ ਤੁਸੀਂ ਬਹੁਤ ਸਪੋਰਟ ਕੀਤਾ ਵਿਦੇਸ਼ਾਂ 'ਚੋਂ ਔਰ ਮੈਨੂੰ ਯਾਦ ਹੈ ਕਿਸ ਤਰ੍ਹਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਤੁਸੀਂ ਸਾਰੇ ਜਣੇ ਉੱਥੇ ਗਏ ਤੁਹਾਨੂੰ ਦੁੱਖ ਲੱਗਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਬਹੁਤ ਸਾਰੇ ਲੋਕ ਨਾਰਾਜ਼ ਹੋ ਗਏ ਸ਼ਾਇਦ ਉਹਦਾ ਹੀ ਇੱਕ ਕਾਰਨ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਜੋ ਇੰਨੀ ਅਪਾਰ ਸਪੋਰਟ ਮਿਲ ਰਹੀ ਸੀ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲ ਰਹੀ ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਜਿਸ ਤਰ੍ਹਾਂ ਆਪਣਾ ਅੰਦੋਲਨ ਚਲਾਇਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸੰਗਠਿਤ ਰਹਿ ਕੇ ਹੁਣ ਤੱਕ ਰਾਜਨੀਤੀ 'ਚ ਵੀ ਕੋਈ ਕੰਟਰੋਵਰਸੀ ਅਜੇ ਤੱਕ ਨਹੀਂ ਆਈ ਹੈ ਹਾਲਾਂਕਿ ਉਹਨਾਂ ਦਾ ਬੜਾ ਇਹ ਵੱਡਾ ਫੈਸਲਾ ਸੀ ਸੋ ਦੇਖਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਕਿਸ ਤਰ੍ਹਾਂ ਪਰਫੋਰਮ ਕਰਦਾ ਹੈ ਅੰਦੋਲਨ ਤਾਂ ਬੜਾ ਸ਼ਾਨਦਾਰ ਕਰ ਲਿਆ ਔਰ ਜਿੱਤ ਪ੍ਰਾਪਤ ਕਰ ਲਈ ਲੇਕਿਨ ਰਾਜਨੀਤੀ ਵਿੱਚ ਕੀ ਏਜੰਡੇ ਲੈ ਕੇ ਉਹ ਆਏ ਹੈ ਕਿਸ ਚੋਣ ਮਨੋਰਥ ਨਾਲ ਆਏ ਆ ਇਹ ਗੱਲਬਾਤ ਕਰਦੇ ਰਹਾਂਗੇ ਤੋ ਰਾਜਵਾਲ ਸਾਹਿਬ ਨਾਲ ਜਾਂ ਕਿਸੇ ਸੀਨੀਅਰ ਆਗੂਆਂ ਨਾਲ ਵੀ ਗੱਲ ਕਰਾਂਗੇ ਲੇਕਿਨ ਫਿਲਹਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਨਵਦੀਪ ਸੰਘਾ ਹੋਰਾਂ ਨਾਲ ਜਿਨ੍ਹਾਂ ਨੂੰ ਮੋਗਾ ਤੋਂ ਜਿਹੜਾ ਹੈ ਉਹ ਉਮੀਦਵਾਰ ਐਲਾਨ ਕੀਤਾ ਗਿਆ ਜਿਹੜੀ ਪਹਿਲੀ ਸੂਚੀ ਅੱਜ ਆਈ ਹੈ ਉਹਨਾਂ 'ਚ ਇਹਨਾਂ ਦਾ ਵੀ ਨਾਮ ਹੈ ਸੋ ਮੋਗਾ ਦੀ ਵਿਕਾਰੀ ਸੀਟ ਹੈ ਮੋਗਾ ਤੋਂ ਇਹ ਵੈਸੇ ਤਾਂ ਆਮ ਆਦਮੀ ਪਾਰਟੀ ਦੇ ਬੜੇ ਵੱਡੇ ਲੀਡਰ ਸੀ ਉੱਥੋਂ ਦੇ ਲੇਕਿਨ ਇਹਨਾਂ ਨੂੰ ਟਿਕਟ ਜਦੋਂ ਨਹੀਂ ਦਿੱਤੀ ਗਈ ਤਾਂ ਕਾਫੀ ਨਿਰਾਸ਼ਾ ਹੋਈ ਇਹਨਾਂ ਦੇ ਸਮਰਥਕਾਂ ਦੇ ਵਿੱਚ ਔਰ ਪਾਰਟੀ ਨੂੰ ਰੀਕੰਸਿਡਰ ਕਰਨ ਲਈ ਕਾਫੀ ਕਿਹਾ ਗਿਆ ਲੇਕਿਨ ਆਖਿਰਕਾਰ ਜੋ ਉੱਥੋਂ ਅਮਨ ਕੌਰ ਅਰੋੜਾ ਇੱਕ ਡਾਕਟਰ ਨੇ ਜਿਹਨਾਂ ਨੂੰ ਟਿਕਟ ਦੇ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਹੁਣ ਨਵਦੀਪ ਸੰਘਾ ਹੋ ਰਹੀ ਉੱਥੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਹੋਣਗੇ ਤੋ ਮੇਰੇ ਨਾਲ ਲਾਈਨ ਦੇ ਉੱਤੇ ਨੇ ਨਵਦੀਪ ਤੁਹਾਡਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਥੈਂਕ ਯੂ ਔਰ ਮੈਂ ਵੀ ਦੱਸ ਦੇਵਾਂ ਜੀ ਕਿ ਭੁਪਿੰਦਰ ਹੋਰੀ ਸਾਡੇ ਬੜੇ ਅੱਛੇ ਮਿੱਤਰ ਨੇ ਇੱਥੇ ਐਮਪਾਇਰ ਡਿਸਟ੍ਰੀਬਿਊਸ਼ਨ ਉਹਨਾਂ ਦਾ ਬੜਾ ਵੱਡਾ ਕਾਰੋਬਾਰ ਹੈ ਸਵੇਰਾ ਦਾ ਡਿਸਟ੍ਰੀਬਿਊਟਰ ਔਰ ਬੜੀ ਵਧੀਆ ਉਹਨਾਂ ਦੀ ਟੀਮ ਉਹਨਾਂ ਦੇ ਇਹ ਬ੍ਰਦਰ ਇਨ ਲਾਅ ਵੀ ਨੇ ਜੀ ਤੋ ਭੁਪਿੰਦਰ ਤੁਹਾਨੂੰ ਵਧਾਈਆਂ ਪਹਿਲਾਂ ਤਾਂ ਦਿੰਦੇ ਹਾਂ ਨਵਦੀਪ ਇਹ ਪਹਿਲੀ ਲਿਸਟ ਆਈ ਹੈ ਸੰਯੁਕਤ ਸਮਾਜ ਮੋਰਚੇ ਦੀ ਤੁਹਾਡਾ ਵੀ ਨਾਮ ਸ਼ਾਮਿਲ ਹੈ ਵਿੱਚ ਹਾਂਜੀ ਧੰਨਵਾਦ ਪਹਿਲਾਂ ਤਾਂ ਤੁਸੀਂ ਮੈਨੂੰ ਮੌਕਾ ਦਿੱਤਾ ਬਾਕੀ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜਿਹੜੀ ਪਹਿਲੀ ਲਿਸਟ ਆਈ ਆ ਵੱਡੇ ਚਿਹਰੇ ਸੀਗੇ ਜਿਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਦਸਾਂ ਨਾਵਾਂ ਦੇ ਵਿੱਚ ਮੇਰਾ ਨਾਂ ਆਉਣਾ ਮੇਰੇ ਲਈ ਬੜਾ ਵਡਭਾਗ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਲੈਕਸ਼ਨ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕਿਸ ਤਰ੍ਹਾਂ ਇਹ ਜਿਹੜਾ ਪੋਲੀਟੀਕਲੀ ਅੱਗੇ ਰਾਜਨੀਤੀ ਕਰਨਗੇ ਜਿਹੜਾ ਮੋਰਚਾ ਬਹੁਤ ਵਧੀਆ ਚਲਾਇਆ ਗਿਆ ਸੀ ਪਰ ਮੈਨੂੰ
ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਇੱਕ ਸਾਲ 13 ਮਹੀਨੇ ਉਹ ਬੜਾ ਸੰਜਮ ਦੇ ਨਾਲ ਮੋਰਚਾ ਚੱਲਿਆ, ਸਿਆਸਤ ਦੇ ਵਿੱਚ ਵੀ ਇਹ ਬੜਾ ਵਧੀਆ ਰੋਲ ਪਲੇ ਹੋਊਗਾ ਔਰ ਵਧੀਆ ਪੋਲੀਟੀਕਲ ਪਲੇਟਫਾਰਮ ਤੇ ਅਸੀਂ ਲੜਾਈ ਲੜਾਂਗੇ। ਤੁਸੀਂ ਵੈਸੇ ਆਪਣੀ ਕਈ ਵਾਰੀ ਗੱਲ ਹੋਈ ਹੈ ਰੇਡੀਓ ਤੇ, ਤੁਸੀਂ ਪਹਿਲਾਂ ਵੀ ਉੱਥੇ ਜਾਂਦੇ ਰਹੇ ਹੋ ਦਿੱਲੀ, ਜਦੋਂ ਮੋਰਚਾ ਲੱਗਾ ਹੋਇਆ ਸੀ ਰੈਗੂਲਰਲੀ ਤੁਸੀਂ ਜਾਂਦੇ ਸੀ ਉੱਥੇ, ਕਿਸਾਨ ਆਗੂਆਂ ਨਾਲ ਤੁਸੀਂ ਮਿਲਦੇ ਸੀ, ਹਾਲਾਂਕਿ ਆਮ ਆਦਮੀ ਪਾਰਟੀ ਦਾ ਪੋਲੀਟੀਕਲੀ ਤਾਂ ਕੋਈ ਮੋਰਚੇ ਨਾਲ ਉਸ ਵੇਲੇ ਕੋਈ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਸੀ, ਪਰ ਤੁਸੀਂ ਮੈਂ ਦੇਖਿਆ ਰੈਗੂਲਰਲੀ ਉਹਨਾਂ ਨਾਲ ਉਦੋਂ ਵੀ ਜੁੜੇ ਹੋਏ ਸੀ, ਤਾਂ ਵਿਚਾਰਧਾਰਕ ਤੌਰ 'ਤੇ ਤੁਸੀਂ ਪਹਿਲਾਂ ਹੀ ਉਹਨਾਂ ਦੇ ਕਾਫੀ ਨੇੜੇ ਸੀ, ਪਰ ਤੁਸੀਂ ਸਮਝਦੇ ਹੋ ਕਿ ਇਹ ਇੱਕ ਚੰਗਾ ਫੈਸਲਾ ਹੋਇਆ ਜਿਹੜਾ ਤੁਸੀਂ ਹੁਣ ਆਮ ਆਦਮੀ ਪਾਰਟੀ ਦੀ ਬਜਾਏ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਲੜਨ ਜਾ ਰਹੇ ਹੋ? ਮੈਂ ਤਕਰੀਬਨ 27 ਨਵੰਬਰ ਨੂੰ ਗਿਆ ਸੀ, 27 ਨਵੰਬਰ 2020 ਨੂੰ, ਜਿੱਦਣ 26 ਨਵੰਬਰ ਤੋਂ ਸ਼ੁਰੂ ਹੋਇਆ ਸੀ, 27 ਨੂੰ ਉੱਥੇ ਅਸੀਂ ਪਹੁੰਚ ਗਏ ਸੀਗੇ ਦਿੱਲੀ ਪੂਰਾ, ਸਾਨੂੰ ਪਤਾ ਵੀ ਕਿਸ ਤਰ੍ਹਾਂ ਔਕੜਾਂ ਚੱਲ ਕੇ ਉੱਥੇ ਪਹੁੰਚੇ, ਔਰ ਤਕਰੀਬਨ ਲਗਾਤਾਰ ਮੈਂ 2.5 ਮਹੀਨੇ, ਉਸ ਤੋਂ ਬਾਅਦ ਸਾਡੇ ਮੋਗਾ ਮਿਊਂਸੀਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਗਈ ਸੀ, ਕੁਛ ਟਾਈਮ ਲਈ ਮੈਂ ਮੋਗਾ ਆਇਆ, ਪਰ ਜਦੋਂ ਉੱਥੇ ਗਏ ਹਾਂ ਤਾਂ ਮੈਂ ਸਮਝਦਾ ਇੱਕ ਉਹ ਇੱਕ ਸਾਰੇ ਜਾਣੇ ਜਦੋਂ ਉੱਥੇ ਬੈਠਦੇ ਸੀ ਸ਼ਾਮ ਨੂੰ ਤੇ ਹੌਲੀ ਹੌਲੀ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਗਿਆ ਸੀ, ਇੱਕ ਬਹੁਤ ਮਤਲਬ ਕਿ ਵੱਡੇ ਇਤਿਹਾਸ ਦਾ ਸੀ ਹਿੱਸਾ ਬਣਿਆ ਔਰ ਮਾਣ ਮਹਿਸੂਸ ਹੋ ਰਿਹਾ ਸੀ ਕਿ ਜਿਹੜਾ ਇਸ ਤਰ੍ਹਾਂ ਦਾ ਸੰਘਰਸ਼ ਹੈ ਸਾਨੂੰ ਕਦੇ ਵੇਖਣ ਨੂੰ ਨਹੀਂ ਮਿਲਿਆ, ਪਰ ਉੱਥੇ ਜੋ ਐਡਾ ਵਧੀਆ ਸਿਸਟਮੈਟਿਕਲੀ ਸਾਡੇ ਜਿੰਨੇ ਕਿਸਾਨ ਆਗੂ ਨੇ ਵਧੀਆ ਤਰੀਕੇ ਨਾਲ ਚਲਾ ਰਹੇ ਸੀ ਸੰਜਮ ਦੇ ਨਾਲ, ਉਹ ਵਾਕਈ ਇੱਕ ਸ਼ਲਾਘਾਯੋਗ ਸੀਗਾ। ਤੇ ਔਰ ਮੈਂ ਜੇ ਆਪਾਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਤੁਸੀਂ ਪਹਿਲਾਂ ਵੀ ਇਹਨਾਂ ਨਾਲ ਜੁੜੇ ਹੋਏ ਸੀਗੇ, ਮੈਂ ਸਮਝਦਾ ਕੋਈ ਵੀ ਬੰਦਾ ਚਾਹੇ ਕੋਈ ਅਕਾਲੀ ਹੈ ਚਾਹੇ ਕਾਂਗਰਸੀ ਹੈ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਰਾਜਨੀਤਿਕ ਨਾਲ ਸੰਬੰਧਿਤ ਹੈ, ਪਰ ਸਭ ਤੋਂ ਪਹਿਲਾਂ ਉਹ ਕਿਸਾਨ ਦਾ ਪੁੱਤ ਔਰ ਕਿਸਾਨ ਹੈ, ਚਾਹੇ ਇਸੇ ਕਰਕੇ ਸਾਰੇ ਲੋਕ ਉੱਥੇ ਕੇ ਪਹੁੰਚੇ ਸੀ ਤੇ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਸੀ। ਅੱਛਾ ਨਵਦੀਪ, ਤੁਸੀਂ ਉਹਨਾਂ ਲੋਕਾਂ ਚੋਂ ਸੀ, ਮੈਂ ਤਾਂ ਸੀ ਕਵਾਂਗਾ ਹੁਣ, ਆਮ ਆਦਮੀ ਪਾਰਟੀ ਦੇ ਟਿਕਟਾਂ ਦੇਣ ਵਾਲੇ ਸੀ, ਕਿਉਂਕਿ ਮੈਨੂੰ ਜਿੰਨੀ ਕੁ ਜਾਣਕਾਰੀ ਪੰਜਾਬ ਦੀ ਰਾਜਨੀਤੀ ਦੀ ਹੈਗੀ ਹੈ, ਮੇਰੀ ਕਈ ਲੋਕਾਂ ਨਾਲ ਗੱਲ ਹੁੰਦੀ ਰਹੀ ਹੈ, ਅਤੇ ਤੁਹਾਡੇ ਬਾਰੇ ਬੜਾ ਅੱਛਾ ਮੈਨੂੰ ਦੱਸਦੇ ਰਹੇ ਆ ਉਹ, ਇਹ ਨਹੀਂ ਕਿ ਆਪਾਂ ਇਸ ਪੱਖੋਂ ਜਾਣਦੇ ਇੱਕ ਦੂਜੇ ਨੂੰ, ਮੈਂ ਕਈ ਵਾਰੀ ਕਈ ਬੰਦਿਆਂ ਤੋਂ ਪੁੱਛਿਆ ਤੁਹਾਡੇ ਬਾਰੇ, ਤਾਂ ਕਹਿੰਦੇ ਜੀ ਬੜੇ ਅੱਛੇ ਲੀਡਰ ਨੇ, ਬੜੇ ਸੁਲਝੇ ਹੋਏ ਲੀਡਰ ਨੇ, ਔਰ ਉਹ ਤਾਂ ਬੜੇ ਆਗੂ ਨੇ ਪਾਰਟੀ ਦੇ ਔਰ ਟਿਕਟਾਂ ਦੇਣ ਵਾਲਿਆਂ ਦੇ ਵਿੱਚ ਇੱਕ ਨੇ, ਪਰ ਜਦੋਂ ਤੁਹਾਡੀ ਟਿਕਟ ਕੱਟੀ ਗਈ ਔਰ ਉੱਥੇ ਡਾਕਟਰ ਅਮਨ ਕੌਰ ਅਰੋੜਾ ਜਿਹਨਾਂ ਦੇ ਬਾਰੇ ਕੋਈ ਬਹੁਤਾ ਜਿਹਨਾਂ ਨੇ ਪਾਰਟੀ 'ਚ ਪਤਾ ਨਹੀਂ ਕਿੰਨਾ ਕੰਮ ਕੀਤਾ, ਤੁਸੀਂ ਬਿਹਤਰ ਜਾਣਦੇ ਹੋਵੋਗੇ ਮੋਗੇ ਤੋਂ ਜਿਹੜੇ ਲੋਕ ਜਾਣਦੇ ਹੋਣਗੇ, ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਅਤੇ ਸਭ ਨੂੰ ਇਸ ਗੱਲ ਦੀ ਹੈਰਾਨਗੀ ਹੋਈ। ਸੋ ਇਹ ਆਪਣੇ ਆਪ 'ਚ ਇੱਕ ਬੜੀ ਸ਼ੌਕਿੰਗ ਨਿਊਜ਼ ਸੀ ਉਹਨਾਂ ਲੋਕਾਂ ਵਾਸਤੇ ਕਿ ਜਿਸ ਤਰੀਕੇ ਨਾਲ ਪਾਰਟੀ ਇਹ ਫੈਸਲੇ ਲੈ ਰਹੀ ਹੈ। ਮੈਂ ਭਗਵੰਤ ਮਾਨ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਰਾਘਵ ਚੱਡਾ ਹੋਰਾਂ ਨਾਲ ਵੀ ਲਾਈਨ ਮਿਲਾਈ ਹੈ, ਹੋ ਸਕਦਾ ਗੱਲ ਹੋ ਵੀ ਜਾਏ, ਤਾਂ ਅਸੀਂ ਉਹਨਾਂ ਕੋਲ ਜਾਣਨਾ ਚਾਹੁੰਦੇ ਹਾਂ ਕਿ ਬਹੁਤ ਸਾਰੀਆਂ ਸੀਟਾਂ ਉੱਤੇ ਗੱਲ ਚਰਚਾ ਚੱਲ ਰਹੀ ਹੈ ਕਿ ਉੱਥੇ ਪੈਸੇ ਲਏ ਜਾ ਰਹੇ ਹੈ, ਸਾਡੇ ਕੋਲ ਕੋਈ ਸਬੂਤ ਤਾਂ ਨਹੀਂ ਹੈ, ਪਰ ਜਿਸ ਤਰ੍ਹਾਂ ਮੋਹਾਲੀ ਦੀ ਜਿਹੜੀ ਟਿਕਟ ਹੈ, ਹੋਰ ਵੀ ਬੜੀਆਂ ਇਸ ਤਰ੍ਹਾਂ ਦੀਆਂ ਹੁਣ ਲੰਬੀ ਲਿਸਟ ਹੈ ਕਿ ਜਿੱਥੇ ਐਸੇ ਐਸੇ ਫੈਸਲੇ ਹੋ ਰਹੇ ਆ ਕਿ ਲੋਕਾਂ ਨੂੰ ਹੈਰਾਨਗੀ ਹੋ ਰਹੀ ਹੈ ਕਿ ਪਾਰਟੀ 'ਚ ਕੰਮ ਕਰਨ ਵਾਲੇ ਲੋਕ ਹੋਰ 5-5 ਸਾਲ ਅਤੇ ਟਿਕਟਾਂ ਵੇਲੇ ਕੋਈ ਹੋਰ ਹੀ ਚਿਹਰੇ ਅੱਗੇ ਆ ਰਹੇ। ਦੇਖੋ ਸੈਣੀ ਸਾਹਿਬ, ਇਹ ਪੋਲੀਟੀਕਲ ਪਾਰਟੀਆਂ ਦਾ ਪਤਾ ਨਹੀਂ ਕੀ ਸਿਸਟਮ ਬਣ ਜਾਂਦਾ ਹੈਗਾ, ਮੈਂ ਕੁਛ ਕਹਿ ਨਹੀਂ ਸਕਦਾ ਇਹਦੇ ਬਾਰੇ। ਜੇ ਸਪੈਸ਼ਲੀ ਮੋਗੇ ਦੀ ਤੁਸੀਂ ਗੱਲ ਕਰਦੇ ਆ ਤਾਂ ਮੈਂ ਸਮਝਦਾ ਬਈ ਤੁਸੀਂ 5 ਸਾਲ ਦੀ ਮਿਹਨਤ ਦੀ ਗੱਲ ਕੀਤੀ ਹੈ। ਸਾਡੇ ਮੋਗੇ ਦੇ MLA ਰਹੇ ਆ ਹਰਜੋਤ ਕਮਲ, ਜਿਹੜੇ ਹੁਣ ਐਟ ਪ੍ਰੈਜੈਂਟ MLA ਹੈ, ਤੇ ਕਾਫੀ ਚੰਗੇ ਮਿੱਤਰ ਰਹੇ ਆ, ਬਹੁਤ ਲਵੇਰੀਅਸ ਪਰਸਨ ਆ, ਉਹ ਵੀ ਬੜੀ ਮਿਹਨਤ ਦੇ ਨਾਲ, ਉਹਨਾਂ ਨੂੰ 2017 ਚ ਟਿਕਟ ਮਿਲੀ ਸੀ ਜੀ। ਤੇ ਹੁਣ ਉਹਨਾਂ ਦੀ ਟਿਕਟ ਜਿਹੜੀ ਹੈਗੀ ਆ, ਚਲੋ ਆਪਾਂ ਮੰਨਦੇ ਹਾਂ ਬਈ ਕੋਈ ਸਰਵੇ ਹੋਇਆ ਹੋਊ ਜਾਂ ਕੁਝ ਵੀ ਹੈ, ਪਰ ਉਹਨਾਂ ਤੋਂ ਬਾਅਦ ਬੜੇ ਕਾਂਗਰਸੀ ਸੀ ਇੱਥੇ ਕੰਮ ਕਰ ਰਹੇ, ਤੇ ਮੇਰੇ ਖਿਆਲ ਉਹਨਾਂ ਦੇ ਸਾਰਿਆਂ ਦੇ ਉੱਪਰ ਲਿਆ ਕੇ ਇਹਨਾਂ ਨੇ ਜਿਹੜਾ ਸੋਨੂ ਸੂਦ ਦੀ ਸਿਸਟਰ ਹੈ ਮਾਲਵਿਕਾ ਸੂਦ, ਇੱਕ ਸੈਲੀਬ੍ਰਿਟੀ ਨੂੰ ਬਿਠਾਤਾ। ਸੋ ਇਸੇ ਕਰਕੇ ਮੈਂ ਨਹੀਂ ਸਮਝਦਾ ਵੀ ਪਾਰਟੀਆਂ ਦਾ ਕਈ ਵਾਰੀ ਕੀ ਡਿਸੀਜਨ ਹੁੰਦਾ, ਕਿਸ ਤਰ੍ਹਾਂ ਇੰਟਰਨਲ ਹੁੰਦਾ। ਜਿਹੜੀ ਤੁਸੀਂ ਵੰਡਣ ਵਾਲੀ ਗੱਲ ਕੀਤੀ ਹੈ, ਮੈਂ ਠੀਕ ਹੈ, ਮੈਂ ਪਾਰਟੀ ਦੇ ਨਾਲ ਬਹੁਤ ਮਿਹਨਤ ਕੀਤੀ ਹੈ, ਕੰਮ ਕੀਤਾ, ਪਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਮੈਂ ਟਿਕਟਾਂ ਵੰਡਣ ਵਾਲਿਆਂ ਦੇ ਵਿੱਚ ਸੀਗਾ। ਸੋ ਇਹ ਤਾਂ ਸਾਰਾ ਉੱਥੇ PAC ਵਗੈਰਾ ਡਿਸਾਈਡ ਕਰਦੀ ਆ, ਉਹਨਾਂ ਨੇ ਜੋ ਸਮਝਿਆ, ਸ਼ਾਇਦ ਕੋਈ ਕਮੀ ਰਹੀ ਹੈ ਜਾਂ ਕੀ ਹੈ, ਪਰ ਇਹ ਮੈਂ ਹਜੇ ਕੁਛ ਕਹਿ ਨਹੀਂ ਸਕਦਾ। ਹਾਂ, ਪਰ ਮੈਂ ਇਹ ਸਮਝਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਰੂਲ ਵਗੈਰਾ ਜ਼ਰੂਰ ਚਾਹੀਦਾ ਪੋਲੀਟੀਕਲ ਪਾਰਟੀਆਂ ਦੇ ਵਿੱਚ, ਵੀ ਕਮ ਸੇ ਕਮ 2 ਸਾਲ ਬੰਦੇ ਨੇ ਕੰਮ ਕੀਤਾ ਹੋਵੇ, 3 ਸਾਲ। ਹੁਣ ਬਹੁਤ ਸਾਰੀਆਂ ਟਿਕਟਾਂ ਇਸ ਤਰ੍ਹਾਂ ਦੀਆਂ ਹੋਈਆਂ ਵੀ ਜਿਹੜਾ ਕੱਲ ਜੁਆਇਨ ਕਰ ਰਿਹਾ ਅੱਜ ਟਿਕਟ ਦਿੱਤੀ ਜਾ ਰਹੀ ਹੈ, ਤੇ ਘੱਟੋ ਘੱਟ ਕੰਮ ਕੀਤੇ ਨੂੰ ਪਾਰਟੀ ਦੇ ਵਿੱਚ ਸਾਲ ਲਈ ਕੰਮ ਕੀਤਾ ਹੋਵੇ ਬੰਦੇ ਨੇ,
ਤੁਸੀਂ ਹੁਣੇ ਉਹਨਾਂ ਦੀ ਗੱਲ ਕੀਤੀ ਹੈ ਅਜੋਤ ਕਮਲ ਹੋਰਾਂ ਦੀ, ਪਤਾ ਲੱਗ ਰਿਹਾ ਕਿ ਉਹ ਛੱਡ ਕੇ ਕਾਂਗਰਸ ਨੂੰ ਬੀਜੇਪੀ ਨੂੰ ਜੁਆਇਨ ਕਰਨ ਜਾ ਰਹੇ ਆ। ਸਾਡੇ ਕੋਲ ਅਜੇ ਕਨਫਰਮ ਖਬਰ ਤੇ ਨਹੀਂ ਹੈ, ਪਰ ਜੋ ਖਬਰਾਂ ਮਿਲ ਰਹੀਆਂ ਕਿ ਜਿਹੜੇ ਕਾਂਗਰਸ ਦੇ ਪਹਿਲੇ ਕੈਂਡੀਡੇਟ ਸੀ ਉੱਥੋਂ ਮਸੀਟਿੰਗ MLA ਨੇ ਮੋਗਾ ਤੋਂ, ਉਹਨਾਂ ਬਾਰੇ ਚਰਚਾ ਚੱਲ ਰਹੀ ਹੈ ਕਿ ਉਹ ਬੀਜੇਪੀ ਨੂੰ ਜੁਆਇਨ ਕਰ ਸਕਦੇ ਆ। ਤਾਂ ਮੇਰਾ ਸਵਾਲ ਸਿਰਫ ਇੰਨਾ ਹੀ ਹੈ ਵੀ ਇਹ ਜਿਹੜਾ ਮੋਗਾ ਦੀ ਸੀਟ ਹੈ, ਕਿਉਂਕਿ ਇੱਥੇ ਬਹੁਤ ਸਾਰੇ ਸਾਡੇ ਲੋਕ ਮੋਗੇ ਤੋਂ ਬਿਲੋਂਗ ਕਰਦੇ ਆ ਜਿਹਨਾਂ ਦੀ ਬੜੀ ਦਿਲਚਸਪੀ ਹੈ ਤੁਹਾਡੀ ਇਸ ਸੀਟ ਦੇ ਵਿੱਚ, ਤਾਂ ਹੀ ਮੈਂ ਸਵਾਲ ਪੁੱਛ ਰਿਹਾ ਕਿ ਇਹ ਬੜਾ ਇੱਕ ਜੋ ਇਸ ਵੇਲੇ ਮੁਕਾਬਲਾ ਹੈ ਤੁਹਾਡਾ, ਬੜਾ ਭਖਵਾਂ ਮੁਕਾਬਲਾ ਹੋ ਜਾਏਗਾ ਮੋਗਾ ਦੀ ਜਿਹੜੀ ਸੀਟ ਹੈ ਇਹ ਮੇਰੇ ਖਿਆਲ ਦੇ ਵਿੱਚ ਜਿਹੜਾ ਕਾਫੀ ਇੰਟਰਸਟਿੰਗ ਮੁਕਾਬਲਾ ਹੋਏਗਾ। ਤੁਹਾਡਾ ਕੋਈ ਐਨਾਲਿਸਿਸ ਹੋਵੇ, ਕਿਉਂਕਿ ਸ਼ਹਿਰੀ ਵੋਟ ਵੀ ਹੈ ਨਾਲੇ ਪੇਂਡੂ ਖੇਤਰ ਦੀ ਵੋਟ ਵੀ ਹੈ ਔਰ ਹਾਈ ਪ੍ਰੋਫਾਈਲ, ਹੁਣ ਤੁਸੀਂ ਬਹੁਤ ਸਾਰੇ ਇਹਦੇ 'ਚ ਕੈਂਡੀਡੇਟ ਆ ਗਏ ਹੋ, ਕੁਛ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਸਮਝਦਾ ਵੀ ਮੋਗਾ ਵੈਸੇ ਵੀ ਸਾਰੇ ਪੰਜਾਬ ਦਾ ਸੈਂਟਰ ਹੈ ਔਰ ਇੱਕ ਮਲਟੀ ਕਾਰਨਰ ਇਹਦੇ 'ਚ ਕੰਟੈਸਟ ਹੋਊਗਾ ਇਲੈਕਸ਼ਨਸ ਦਾ, ਤੇ ਜਿਹਦੇ ਵਿੱਚ ਮੈਂ ਸਮਝਦਾ ਬਈ ਕਿ ਜਿਹੜੀ ਸੰਯੁਕਤ ਸਮਾਜ ਮੋਰਚਾ ਜਿਹੜਾ ਹੈਗਾ ਇੱਕ ਨਵਾਂ ਉੱਭਰ ਕੇ ਆਇਆ ਔਰ ਇੱਕ ਨਵਾਂ ਰਾਜਨੀਤਿਕ ਪਲੇਟਫਾਰਮ ਹੈ। ਔਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਹੈ ਬਈ ਸ਼ਹਿਰੀ ਵੋਟ ਜਾਂ ਇਹ ਬੇਸਿਕਲੀ ਆਪਾਂ ਦੇਖੀਏ ਤਾਂ ਮੋਗਾ ਇੱਕ ਸੈਮੀ ਅਰਬਨ ਕੌਨਸਟੀਚੁਐਂਸੀ ਆ, ਉਹਦੇ ਵਿੱਚ ਮੋਸਟ ਪ੍ਰੋਬਬਲੀ ਮੋਰ ਦੈਨ 1,98,000 ਵੋਟ ਦੇ ਵਿੱਚੋਂ ਮੋਰ ਦੈਨ 1,00,000 ਜਿਹੜੀ ਹੈਗੀ ਆ ਮਤਲਬ ਕਿ ਸਿੱਖ ਵੋਟ ਹੈਗੀ ਹੈ। ਸੋ ਇਸ ਕਰਕੇ ਤੁਸੀਂ ਪਿਛਲਾ ਵੀ ਇਤਿਹਾਸ ਵੇਖੋਗੇ ਤਾਂ ਤਕਰੀਬਨ ਸਾਰੇ ਜੇ ਆਪਾਂ ਆਣੀ ਗੱਲ ਕਰੀਏ ਜੁਗਰਾਜ ਸਿੰਘ ਗਿੱਲ, ਨਛੱਤਰ ਸਿੰਘ ਗਿੱਲ ਔਰ ਸਾਰੇ ਇਸ ਤਰ੍ਹਾਂ MLA ਬਣਦੇ ਆਏ ਹੈਗੇ ਆ। ਤੇ ਮੇਰੇ ਖਿਆਲ ਆ ਵੀ ਇਸ ਮਲਟੀ ਕਾਰਨਰ ਫਾਈਟ ਦੇ ਵਿੱਚ ਸੰਯੁਕਤ ਜਿਹੜਾ ਸਮਾਜ ਮੋਰਚਾ ਵਧੀਆ ਭੂਮਿਕਾ ਨਿਭਾਊਗਾ। ਠੀਕ ਹੈ ਜੀ। ਔਰ ਕਿਸਾਨੀ ਵੋਟ ਹੈਗੀ ਆ ਬਹੁਤ ਵੱਡੇ ਪੱਧਰ ਤੇ ਜੀ। ਤੁਹਾਡੇ ਨਾਲ ਅਸੀਂ ਰੈਗੂਲਰਲੀ ਹੁਣ ਗੱਲ ਕਰਦੇ ਰਹਾਂਗੇ, ਅੱਜ ਤੁਹਾਨੂੰ ਕਿਉਂਕਿ ਉਮੀਦਵਾਰ ਐਲਾਨਿਆ ਗਿਆ, ਮੈਨੂੰ ਪਤਾ ਤੁਸੀਂ ਬਿਜ਼ੀ ਵੀ ਬਹੁਤ ਸੀਗੇ, ਤੁਹਾਡੇ ਨਾਲ ਰੈਗੂਲਰਲੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਗੱਲ ਫਿਰ ਕਰਾਂਗੇ। ਜਾਂਦੇ ਤਾਂ ਮੈਨੂੰ ਇਹ ਦੱਸੋ ਕਿ ਇੱਕ ਪਾਸੇ ਤਾਂ ਤੁਹਾਨੂੰ ਇਸ ਗੱਲ ਦਾ ਐਡਵਾਂਟੇਜ ਵੀ ਹੈ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਇਹਨਾਂ ਦਾ ਕੈਡਰ ਸੰਗਠਿਤ ਹੈ, ਹੁਣੇ ਹੁਣੇ ਐਡਾ ਵੱਡਾ ਅੰਦੋਲਨ ਲੜ ਕੇ ਆਏ ਆ, ਜਿੱਤ ਕੇ ਆਏ ਆ, ਹੌਸਲੇ ਬੁਲੰਦ ਹੈ, ਪਰ ਦੂਜੇ ਪਾਸੇ ਨਵੀਂ ਨਵੀਂ ਹਜੇ ਪੋਲੀਟੀਕਲ ਪਾਰਟੀ ਬਣੀ ਹੈ, ਸਮਾਂ ਬੜਾ ਥੋੜ੍ਹਾ ਹੈ ਕੰਪੇਨ ਦਾ। ਤੁਸੀਂ ਆਲਰੇਡੀ ਵੈਸੇ ਕਾਫੀ ਐਕਟਿਵ ਰਹੇ ਹੋ ਮੋਗਾ 'ਚ, ਤੁਸੀਂ ਕਾਫੀ ਸਾਲਾਂ ਤੋਂ ਕੰਮ ਕਰ ਹੀ ਰਹੇ ਹੋ, ਪੋਲੀਟੀਕਲੀ ਕਾਫੀ ਐਕਟਿਵ ਹੋ, ਸੋ ਇਹਦੇ ਦੋਨੋਂ ਫਾਇਦੇ ਵੀ ਹੈ ਨੁਕਸਾਨ ਵੀ ਹੈ, ਕੀ ਮਹਿਸੂਸ ਕਰ ਰਹੇ ਹੋ? ਦੇਖੋ ਫਾਇਦਾ ਨੁਕਸਾਨ ਤੁਸੀਂ ਜਿਹੜੀ ਗੱਲ ਕਰਦੇ ਆ ਇਹ ਤਾਂ ਮਤਲਬ ਕਿ ਲੈਟ ਦਾ ਟਾਈਮ ਕੰਮ, ਪਰ ਅੱਜ ਦੀ ਡੇਟ ਦੇ ਵਿੱਚ ਜੋ ਹਾਲਾਤ ਨੇ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਜਿੰਨਾ ਕੈਡਰ ਸੀਗਾ ਚਾਹੇ ਪਾਰਟੀ ਦਾ ਸੀਗਾ ਉਹ ਵੀ ਸਾਰਾ ਨਾਰਾਜ਼ ਚੱਲ ਰਿਹਾ ਸੀਗਾ ਔਰ ਸਾਰੀਆਂ ਜਥੇਬੰਦੀਆਂ ਦੇ ਜਿੰਨੇ ਵੀ ਨੁਮਾਇੰਦੇ ਹੈਗੇ ਆ ਮੋਗੇ ਦੇ ਵਿੱਚ, ਮੈਂ ਹੁਣ ਕੱਲ੍ਹ ਤੋਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਨ ਬਾਈ ਵਨ ਮਿਲਣਾ ਸ਼ੁਰੂ ਕਰੂੰਗਾ, ਸਾਰਿਆਂ ਨਾਲ ਕੁਛ ਫੋਨ ਤੇ ਮੇਰੀਆਂ ਗੱਲਾਂ ਹੋ ਗਈਆਂ, ਤੇ ਮੈਨੂੰ ਲੱਗਦਾ ਵੀ ਬਹੁਤ ਵੱਡੀ ਟੀਮ ਇੱਕ ਕੰਮ ਕਰੂਗੀ ਇੱਥੇ, ਤੇ ਬੜਾ ਆਰਗੇਨਾਈਜ਼ਡ ਸਿਸਟਮ ਨਾਲ ਅਸੀਂ ਕੰਮ ਕਰਾਂਗੇ, ਤੇ ਰਾਜੇਵਾਲ ਸਾਹਿਬ ਦੀਆਂ ਜੋ ਕੋਸ਼ਿਸ਼ਾਂ ਹੈਗੀਆਂ ਨੇ ਔਰ ਸਮੁੱਚੇ ਸੰਯੁਕਤ ਸਮਾਜ ਮੋਰਚੇ ਦੀ ਜੋ ਸੋਚ ਹੈ ਉਹਨੂੰ ਪੂਰਾ ਅਸੀਂ ਗਰਾਊਂਡ ਪੱਧਰ ਤੱਕ ਲੈ ਕੇ ਜਾਵਾਂਗੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਨਵਦੀਪ, ਤੁਹਾਨੂੰ ਇੱਕ ਵਾਰੀ ਫਿਰ ਸ਼ੁਭਕਾਮਨਾਵਾਂ। ਤੁਸੀਂ ਬਜਾਤੇ ਖੁਦ ਬੜੀ ਇੱਕ ਕਲੀਨ ਤੁਹਾਡੀ ਸ਼ਖਸੀਅਤ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਔਰ ਤੁਸੀਂ ਪੋਲੀਟੀਕਲ ਵੀ ਐਕਟਿਵ ਹੋ, ਸੂਝ ਬੂਝ ਵੀ ਰੱਖਦੇ ਹੋ ਔਰ ਸੰਯੁਕਤ ਸਮਾਜ ਮੋਰਚੇ ਨਾਲ ਜਾਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਵੀ ਸੀ ਲੰਬੇ ਸਮੇਂ ਤੋਂ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕੈਡਰ ਨਾਲ ਪਹਿਲਾਂ ਤੋਂ ਕਿਉਂਕਿ ਜੁੜੇ ਹੋਏ ਸੀ, ਗਰਾਊਂਡ ਲੈਵਲ 'ਤੇ ਤੁਸੀਂ ਕੰਮ ਕਰਦੇ ਰਹੇ ਹੋ, ਗ੍ਰਾਸ ਰੂਟ ਲੈਵਲ 'ਤੇ ਤੁਸੀਂ ਲੋਕਾਂ ਨਾਲ ਜੁੜੇ ਹੋਏ ਹੋ, ਤੋ ਆਈ ਹੋਪ ਕਿ ਇਹ ਜਿਹੜਾ ਤੁਹਾਡਾ ਸੁਮੇਲ ਹੋਇਆ ਹੈ ਇਹ ਸੰਯੁਕਤ ਸਮਾਜ ਮੋਰਚੇ ਨਾਲ, ਇਹ ਮੈਨੂੰ ਐਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਤੁਹਾਨੂੰ ਲੂਜ਼ ਕੀਤਾ ਹੈ, ਇਹ ਉਹਨਾਂ ਦੇ ਲਈ ਇੱਕ ਉਹਨਾਂ ਦਾ ਨੁਕਸਾਨ ਹੋਇਆ, ਤੁਹਾਡਾ ਨੁਕਸਾਨ ਨਹੀਂ, ਤੁਹਾਡਾ ਤਾਂ ਗੇਨ ਹੀ ਹੈ ਕਿ ਤੁਸੀਂ ਇੱਕ ਐਸੀ ਪਾਰਟੀ ਨਾਲ ਜੁੜੇ ਹੋ ਜਿਹੜੀ ਅਜੇ ਬੇਦਾਗ ਹੈ ਔਰ ਜਿਨ੍ਹਾਂ ਦੇ ਉੱਤੋਂ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਵੀ ਨੇ, ਔਰ ਅਸੀਂ ਵੀ ਵਿਦੇਸ਼ਾਂ 'ਚ ਬੈਠੇ ਇਹ ਗੱਲ ਮੰਨਦੇ ਹਾਂ। ਮੇਰੀ ਰਾਜਪਾਲ ਸਾਹਿਬ ਨਾਲ ਹੁਣ ਅਜੇ ਰੀਸੈਂਟਲੀ ਗੱਲ ਤਾਂ ਨਹੀਂ ਹੋਈ, ਪਰ ਪੁੱਛਣਾ ਚਾਹਾਂਗੇ ਉਹਨਾਂ ਨੂੰ ਕਿ ਕਿਸ ਮੰਸ਼ਾ ਦੇ ਨਾਲ ਉਹ ਰਾਜਨੀਤੀ 'ਚ ਆਏ ਹੈ, ਕੀ ਉਹਨਾਂ ਦਾ ਏਜੰਡਾ ਹੈ ਰਾਜਨੀਤੀ ਦੇ ਵਿੱਚ ਹੁਣ, ਅਤੇ ਆਉਣ ਵਾਲੇ ਦਿਨ 'ਚ ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਲੋਕਾਂ ਨੂੰ ਕਾਫੀ ਉਮੀਦ ਹੈ ਕਿ ਜਿਸ ਸਾਫ਼ ਸੁਥਰੇ ਅਕਸ ਦੇ ਨਾਲ ਪਹਿਲਾਂ ਇਹ ਐਜੂਟੇਸ਼ਨ ਲੜੀ ਹੈ ਇਹਨਾਂ ਨੇ, ਬਹੁਤ ਕਲੀਨ ਔਰ ਬੜੀ ਹੀ ਇੱਕ ਔਰਗਨਾਈਜ਼ ਤਰੀਕੇ ਨਾਲ ਐਜੂਟੇਸ਼ਨ ਲੜੀ ਹੈ, ਅਗਰ ਰਾਜਨੀਤੀ 'ਚ ਵੀ ਉਹ ਸਾਰਾ ਕੁਛ ਰੱਖ ਪਾਉਣਗੇ ਤਾਂ ਫਿਰ ਵੱਡੀ ਤਾਕਤ ਬਣ ਕੇ ਉੱਭਰ ਸਕਦੇ ਆ ਸੰਯੁਕਤ ਸਮਾਜ ਮੋਰਚੇ ਵਾਲੇ। ਬਿਲਕੁਲ ਜੀ,
जे इना वड्डा मोर्चा पहला जत्थे आए है जिथे बहुत सारिया मतलब के जथेबंदियां इकट्ठिया हुई सी उन्हें बहुत वधिया ऑर्गेनाइज तरीके चलाया उन्हां कोले तजर्बा भी हैगा ते हुण सब तो वड्डी गल इह है कि मतलब के जिहड़ी इह इलैक्शन हैगी है जिहड़ा जे 13 महीने इना ऑर्गेनाइज सिस्टम चला सकदे आ तां जिहड़ी अज हुण समझदा 3 रह गए हैगे है 34 दिनां दी गल हैगी है ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਟੀਵੀ ਚੈਨਲ ਦੇ ਜ਼ਰੀਏ ਔਰ ਤੁਹਾਡੇ ਸੌਰੀ ਚੈਨਲ ਦੇ ਜ਼ਰੀਏ ਮੈਂ ਆਪਾਂ ਦੋਨਾਂ ਲਾਈਵ ਆ ਨਵਦੀਪ ਆਪਾਂ ਪ੍ਰਦੇਸ਼ੀ ਸਾਤੇ ਜੀ ਆਪਾਂ ਲਾਈਵ ਰੈਡੀ ਰੇਡੀਓ ਤੇ ਵੀ ਲਾਈਵ ਆ ਟੈਲੀਵਿਜ਼ਨ ਤੇ ਵੀ ਲਾਈਵ ਆ ਇਸ ਵੇਲੇ ਔਰ YouTube ਚੈਨਲ ਤੇ ਵੀ ਲਾਈਵ ਆ ਤੋ ਕਈ ਪੱਖਾਂ ਨਾਲ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਆ ਤੁਹਾਡੀ ਤਸਵੀਰ ਨੂੰ ਵੀ ਦੇਖ ਰਹੇ ਆ ਔਰ ਬੜੀ ਜਲਦੀ ਤੁਹਾਡਾ ਅਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਆਪਣੇ ਕੈਂਡੀਡੇਟਸ ਜਿਹੜੇ ਆ ਦੂਜਿਆਂ ਨਾਲ ਵੀ ਇੰਟਰਵਿਊ ਕਰਿਆ ਕਰਾਂਗੇ ਤੋ ਦੂਰ ਦੂਰ ਤੱਕ ਤੁਹਾਡਾ ਮੈਸੇਜ ਜਾ ਰਿਹਾ ਇਸ ਵੇਲੇ ओके थैंक यू और ਤੁਹਾਨੂੰ ਸ਼ੁਭ ਕਾਮਨਾਵਾਂ ਫਿਰ ਜਲਦੀ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਜੀ ਥੈਂਕ ਯੂ ਸੋ ਮਚ ਇਹ ਸਨ ਨਵਦੀਪ ਸੰਘਾ ਇਸ ਵੇਲੇ ਸਾਡੇ ਨਾਲ ਮੋਗੇ ਤੋਂ ਗੱਲਬਾਤ ਕਰ ਰਹੇ ਸੀ